ਰਿਸ਼ਤੇ ਕਰਵਾਉਂਦਾ ਕਿੱਡਾ ਤੇਰਾ ਚੜਿਆਂ ਦੇ ਲਾਉਣ ਵਾਲੀ ਦਵਾਈ ਵਰਗਾ ਮੂੰਹ ਆ। ਤੈਨੂੰ ਪਤਾ ਬੱਚਿਆਂ ਦੇ ਰਿਸ਼ਤੇ ਤੇਰੇ ਉੱਤੇ ਲਾਏ ਨੇ, ਤੇਰੇ ਸੁਮੇ ਕੇ ਰਿਸ਼ਤੇ ਚੰਗੇ ਲੱਭ ਕੇ ਦੇ। ਮੈਂ ਕਹਿੰਦਾ ਜੀ ਰਿਸ਼ਤੇ ਲੱਭੇ ਆ ਦੋ। ਅੱਛਾ ਕਿਸ ਤਰ੍ਹਾਂ ਦੇ? ਹੋਰ ਐਡਾ ਖੂਬਸੂਰਤ ਦੋ ਰਿਸ਼ਤੇ ਲੱਭੇ ਆ ਜੀ ਦੋ। ਠੀਕ ਹੈ ਬਰੇ ਰਹਿ ਸਾਲਿਆ, ਦੋ ਰਿਸ਼ਤਿਆਂ ਦਾ ਕਹਿ ਕੇ ਤੂੰ ਦੋ ਫੜ ਲੈਣੇ। ਹਾਂ ਇਦਾਂ ਦਾ ਹੀ ਬੀਬੀ ਜੀ ਦੀ ਭੈਣ ਦਾ ਇੱਕ ਰਹਿ ਗਿਆ ਸੀ। ਅੱਛਾ ਉਹਦਾ ਵੀ ਰਿਸ਼ਤਾ ਹੀ ਕਰਾਉਣ ਗਿਆ ਤੇ ਇੱਧਰ ਉੱਧਰ ਕਰ ਦਿੱਤਾ ਸਾਰਾ ਕੁਝ ਬੀਬੀ। ਹਾਂ ਮੇਰੀ ਭੈਣ ਦਾ ਇੱਕ ਰਹਿ ਗਿਆ, ਫਿਰ ਇੱਕ ਲਿਆ ਕੇ ਨੇ ਬਰਾਬਰ ਕੀਤਾ। ਓਏ ਓਏ ਇੰਦਰਾ ਗਾਂਧੀ ਦੀਆਂ ਲੈ ਆਈ ਬੱਚਿਆ, ਤੈਨੂੰ ਪਤਾ ਰਿਸ਼ਤੇ ਕੋ ਪੜ੍ਹੇ ਲਿਖੇ ਹੋਣੇ ਚਾਹੀਦੇ ਮੁੰਡੇ, ਸੋਹਣੇ ਸੁਨੱਖਰੇ। ਹਾਂ ਮੁੰਡੇ ਇੰਗੇ ਦੇ ਹੋਣ ਹਾਏ ਹਾਏ ਕਿ ਬੀਬੀ ਹੋਰੀ ਦੁਆਵਾਂ ਦੇਣ ਤੇ ਮੇਰਾ ਵੀ ਰਿਸ਼ਤਾ ਲੱਭਣਾ ਹੀ। ਮੈਂ ਕਹਿੰਦਾ ਜੀ ਤੁਹਾਡਾ ਨਾ ਰਿਸ਼ਤਾ ਦੇਖਿਆ, ਤੁਸੀਂ ਲੱਤਾਂ ਚੁੱਕ ਚੁੱਕ ਦੁਆਵਾਂ ਦੋ। ਸਾਲੇ ਦੀ ਲੱਤ ਟੁੱਟੀ ਆ, ਇਹਨੂੰ ਹੋਟਲ ਤੇ ਲਵਾਇਆ, ਕੱਪਾਂ ਚਾਪੀ ਚਾਹ ਪਾ ਲਿਆਉਂਦਾ ਸੀ। ਹਮਾਮ ਤੇ ਨਹਾਉਣ ਦਾ ਸੁੱਕਾ ਹੀ ਬਾਹਰ ਆ ਗਿਆ, ਇੰਜ ਕਰ ਸ਼ਾਵਰ ਚਲਾਇਆ ਥੱਲੇ ਖੋਲ ਤੈਂਜੀ ਕਰੀ ਕਰ। ਸੋਹਣਾ ਮਲਤਾਨ ਰੋਡ ਤੋਂ ਨਵੀਂ ਮੋਟਰ ਵੇ ਨਹੀਂ ਬਣੀ, ਇਹਦੀ ਹੋਇਆ ਤਾਂ ਪੁੱਟ ਦਿੱਤੀ। ਕਿਉਂ ਤੇ ਤੁਰਨ ਦਿਆ ਸੀ, ਉਹ ਕਹਿੰਦੇ ਪਤਾ ਨਹੀਂ ਉੱਚੀ ਨੀਵੀਂ ਬਣ ਗਈ। ਹਸਪਤਾਲ ਗਿਆ ਮਰੀਜ਼ ਦਾ ਪਤਾ ਲੈਣ, ਡਾਕਟਰ ਗੋਰ ਨੇ ਇਹਨੂੰ ਵੇਖਿਆ, ਉਹਨੇ ਮਰੀਜ਼ ਨੂੰ ਛੁੱਟੀ ਦਿੱਤੀ, ਇਹਨੂੰ ਦਾਖਲ ਕਰ ਲਿਆ। ਹੈ ਸ਼ਹਿਜ਼ਾਦਾ ਪੰਜ ਸਮੋਸੇ ਆਪਣੀ ਬੁੱਢੀ ਦੇ ਸਾਹਮਣੇ ਰੱਖ ਕੇ ਕਹਿੰਦਾ ਚਟਣੀ, ਉਹ ਕਹਿੰਦੀ ਅੱਜ ਨਹੀਂ। ਸਾਰੇ ਤੇਰੇ ਵਰਗੇ ਇੰਗਲੈਂਡ 'ਚ ਮਹਿਮਾਨ ਕੁੱਤੇ ਰੱਖੇ ਹੁੰਦੇ ਆ, ਸਿਰਫ ਇੱਕ ਹੁੰਦਾ ਟੌਮੀ। ਯੈਸ ਇਹ ਕਿੱਦਾਂ 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 ਰੱਖੇ ਹੁੰਦੇ, ਇਹੋ ਜਿਹੀਆਂ ਸਿਰੀਆਂ ਝੰਗ ਬਾਜ਼ਾਰ ਫੱਟੇ ਤੇ ਪਈਆਂ ਹੁੰਦੀਆਂ ਸਾਲੇ ਆ। ਸੁਹਾਗਰਾਤ ਨੂੰ ਇੱਕੋ ਗੱਲ ਕਹਿੰਦੀ ਆ, ਬਸ਼ੀਰ ਜੇ ਮੇਰੀ ਅੱਖ ਲੱਗ ਗਈ ਮੇਰੀ ਕੱਚੀ ਕੰਮ ਕਰ ਦੀ। ਫਰਜ਼ ਕਰ ਫਰਜ਼ ਕਰ ਤੈਨੂੰ ਦੁੱਧ ਪਿਲਾਈਏ, ਸ਼ੌਕ ਨਾਲ ਕਿਹੜਾ ਦੁੱਧ ਪੀਏਗਾ? ਕੀ ਕਿਹਾ ਕਾਕਾ ਤੂੰ? ਮੈਂ ਇਹ ਕਿਹਾ ਵਾ ਕਿ ਛਾਲਾ ਪਾ ਦੇਣਾ ਤੂੰ। ਇਸ ਗੱਲੋਂ ਤੇਰੀ ਮਾਂ ਨੂੰ ਸਲੂਟ ਆ, ਉਹਨੇ ਇੱਥੇ ਪੈਪ ਲਾਇਆ ਪੂਰੇ ਮੁੱਲੇ ਨੂੰ ਤਰੌਂਕਾ ਦਿੰਦੀ ਆ। ਇਹ ਕਾਕਾ ਅਗਰ ਤੈਨੂੰ ਦੁੱਧ ਪਿਲਾਈਏ, ਸ਼ੌਕ ਨਾਲ ਕਿਹੜਾ ਦੁੱਧ ਪੀਏਗਾ? ਜਿਹਦੇ ਉੱਤੇ ਦੋ ਬਦਾਮ ਹੋਣ। ਤੈਨੂੰ ਉਹ ਨਾ ਪਿਲਾਵਾ ਜਿਹਦੇ ਥੱਲੇ ਦੋ ਖਰੋਟ ਹੋਣ। ਇਹ ਖਰੋਟਾਂ ਵਾਲਾ ਦੁੱਧ ਕਿਹਦੇ ਕੋਲ ਲੈ ਕੇ ਪਿਆਉਣਾ? ਤੁਹਾਡੇ ਤੇ ਥੱਲੇ ਬੈਠੇ ਆ, ਉਹ ਵੀ ਇੱਕ ਥਾਂ ਚੜੇ ਆ। ਇਹਦੇ ਕੋਲੋਂ ਸਹੀ ਸਹੀ ਰਿਸ਼ਤਿਆਂ ਦਾ ਪਤਾ ਕਰ ਜ਼ਰਾ। ਹੈ ਇਹ ਰਿਸ਼ਤੇ ਕਿਹੜੇ ਆ ਤੈਨੂੰ ਪਤਾ? ਕਾਹਦਾ ਹੁੰਦੇ ਆ? ਕਾਹਦੇ ਨਾਲ? ਹਾਏ ਹਾਏ, ਜਿਹਨਾਂ ਰਿਸ਼ਤਾ ਹੁੰਦਾ ਨਾ ਜੀ, ਆਹੋ ਉਹ ਪਹਿਲੇ ਇਹੋ ਜਿਹਾ ਹੁੰਦਾ ਵਾ ਤੇ ਵਾਪਸੀ ਤੇ ਉਹੋ ਜਿਹਾ ਹੋ ਜਾਂਦਾ। ਸਾਰਾ ਮਸਲਾ ਫਾਈਨਲ ਕਰ ਲਾ, ਚੰਗੇ ਹੋਣੇ ਚਾਹੀਦੇ। ਉਰੇ ਆਏ
ਸਾਲਿਆ ਤੂੰ ਮਾਂ ਮੇਰੀ ਦਾ ਬੀੜ ਭਾਵੇਂ ਦੁਖਦਾ ਹੋਵੇ ਆ ਦੇਖ ਤੇ ਸਹੀ ਨਾ। ਓਏ ਜ਼ਾਕ ਤੂੰ ਕਿੱਧਰ ਓਏ ਸ਼ਮਨੇ ਤੁਸੀਂ ਮੈਨੂੰ ਇਹ ਦੱਸੋ ਸਾਲਿਆ ਬੰਦਿਆਂ ਨੇ ਨਾਲ ਆਉਂਦੇ ਆ ਵਾਇਰਸ ਆਇਆ ਕੀ ਹਾਲ ਹੈ ਤੁਹਾਡਾ? ਹੋਰ ਠੀਕ ਹੈ ਠੀਕ ਠਾਕ। ਕਿੰਨੇ ਪੈਸੇ ਲੈ ਲਈ ਡਰਾਪੇ ਦੇ ਸਰਈਆ ਜਿੰਨੇ 50,000 ਰੁਪਿਆ ਤੈਨੂੰ ਦਿੰਦਾ ਕੌਣ ਆ ਸਾਲੀਏ 50,000 ਮੈਂ ਕੌਣ ਮੈਂ ਸਾਰੇ ਮੈਂ ਮੰਗਦਾ ਹਾਂ ਤੂੰ ਮੰਗੀ ਅੱਛਾ ਅੱਛਾ 50,000 ਰੁਪਿਆ ਲੈਣੀ ਡਰਾਮੇ ਦਾ ਹਾਂਜੀ ਫੌਤ ਹੋਣ ਦੇ ਕਿੰਨੇ ਲੈਣੇ ਆ ਉਹ ਇਹਦਾ ਬੁੱਕ ਸਾਰੇ ਉਹ ਤਾਂ ਸਜੋ ਬਾਹਰ ਏਡੀਆਂ ਸੋਹਣੀਆਂ ਤਸਵੀਰਾਂ ਅੰਦਰ ਤੁਸੀਂ ਮੌਤ ਦੇ ਖੂਹ ਦੇ ਖੁਸਰੇ ਪਏ ਆ ਉਹਨਾਂ ਨੂੰ ਰੋਜ਼ਾ ਕੀ ਤੈਨੂੰ ਹੋ ਗਿਆ ਉਹਨਾਂ ਨੂੰ ਦੁਆਵਾਂ ਦਿਓ ਜਿਹੜੀਆਂ ਸੋਹਣੀਆਂ ਭਰਜਾਈਆਂ ਛੱਡ ਕੇ ਕਿਹੋ ਜਿਹੇ ਬੀਬੇ ਵੇਖਣ ਆ ਜਾਂਦੇ ਆ ਸਾਰੇ ਦਿੱਲੀ ਦਿਖਾਉਣ ਦੇ ਤੁਸੀਂ ਡਰਦਾ ਤਾਂ ਬੰਦਾ ਵੀ ਨਹੀਂ ਛੇੜਦਾ ਜੋ ਮੰਨ ਕੇ ਕੀ ਕਰਾਂਗੇ ਆ ਵੇਖੇ ਨਾ ਪਿੰਡਾਂ ਥਾਵਾਂ ਜਾ ਕੇ ਕਹਿੰਦੀ ਮੈਂ ਮਰੀਮ ਔਰੰਗਜ਼ੇਬ ਦੀ ਭਾਣਜੀ ਆ ਫੈਸਲਾਬਾਦ ਦੇ ਵਿੱਚ ਲਾਉਂਦੇ ਵੀ ਬੜੇ ਬੁਰੇ ਛੱਡ ਦੇ ਕੀ ਆਪਣੀ ਆ ਵਾਹ ਮੇਰੇ ਸ਼ੁਰੂ ਹੀ ਹੋ ਗਿਆ ਵਾ ਮੈਂ ਕਿੰਨੀ ਲੈਣ ਲੱਗੀ ਆ ਹੈ ਕਿਤੇ ਬਾਬੇ ਕੋ ਜਾ ਤੇ ਹਾਜ਼ਰੀ ਹੁੰਦੀ ਆ ਘਰ ਦੀ ਸਫਾਈ ਕਿਉਂ ਨੀ ਕੀਤੀ ਇੱਕ ਗੱਲ ਤੇ ਦੱਸ ਸਫਾਈ ਵੈਸੇ ਵੀ ਇੱਕ ਗੱਲ ਤੇ ਦੱਸ ਸੁਹਾਗਰਾਤ ਹੋਵੇ ਤੇ ਤੂੰ ਕਿਹੋ ਜਿਹਾ ਬੈੱਡ ਪਸੰਦ ਕਰੇਗੀ 4,00,000 ਦਾ 4,00,000 ਤੇਰੇ 4,00,000 ਵਾਲਾ ਬੈੱਡ ਬਣਦਾ ਨਹੀਂ ਤੇਰੀ ਸੁਹਾਗਰਾਤ ਹੋਣੀ ਚਾਹੀਦੀ ਆ ਡੈਂਪਰ ਤੇ ਉਹ ਵੀ ਜਨੇਉਡ ਰੋਡ ਤੇ ਤੈਨੂੰ ਸਾਲੀਏ ਪਤਾ ਲੱਗੇ ਇੰਜ ਇੰਜ ਕਿੱਦਾਂ ਹੁੰਦਾ ਸੋਹਣੀ ਔਰਤ ਹੋਵੇ ਨਾ ਸੋਹਣੀ ਔਰਤ ਬੰਦਾ ਅੰਦਰੋਂ ਕੁੰਡੀ ਲਾਉਂਦਾ ਇਹਦਾ ਬੰਦਾ ਬਾਹਰੋਂ ਲਾ ਕੇ ਨਿਕਲ ਗਿਆ ਕਹਿੰਦਾ ਇਸ ਕੰਮ ਨਾਲ ਉਹ ਹਿਜਰੇ ਚੰਗੀ ਆ ਮੇਰਾ ਨਾਮ ਨਾ ਲਈ ਆ ਮੇਰਾ ਨਾਮ ਨਾ ਲਈ ਸਾਲਾ ਤੂੰ ਬੰਦੇ ਨਾਲ ਰਿਹਾ ਓਏ ਉਹਨੇ ਤੇ ਆਪ ਤੂੰ ਸਾਲਿਆ ਦੁਨੀਆ ਤੋਂ ਵੱਖਰਾ ਹੀ ਮੇਰਾ ਚਵਲੀ ਇਹ ਦੇਖ ਮੈਂ ਇਹਦਾ ਤਾਂ ਕਰ ਗਿਆ ਜੀ ਭੈਣ ਅੱਜ ਫਿਰ ਮੈਂ ਕਿਹਾ ਇਹ ਕੀ ਕਹਿੰਦਾ ਨਹੀਂ ਬੈਠਦੀ ਗੁੰਡੀ ਆ ਇਹਦੀ ਭੈਣ ਕੋਠੇ ਤੇ ਖਲੋ ਕੇ ਸਾਹਮਣੇ ਆਂਦੇ ਮੁੰਡੇ ਨੂੰ ਇਸ਼ਾਰੇ ਕਰਨ ਦੇ ਹੀ ਮੈਂ ਕਿਹਾ ਇਹ ਕੀ ਕਹਿੰਦਾ ਇਹਦਾ ਵਾਈਫਾਈ ਆਨ ਆ ਅੱਛਾ ਇਹਦੀ ਵਜ੍ਹਾ ਤਾਂ ਚਾਰ ਬੰਦੇ ਤਾਸ਼ ਖੇਡਦੇ ਹੁਣ ਨਾ ਚਾਰ ਤੇ ਅਰਗਾ ਬੰਦਾ ਕਹਿੰਦਾ ਤਾਂ ਅਸੀਂ ਘਰ ਤੇਰੇ ਨਾਮ ਦੀ ਚਾਹ ਲੈ ਆਵਾਂ ਲੈ ਹੋਰ ਸੁਣਾ ਸ਼ਾਦੀ ਸ਼ੁਦੀ ਹੋਈ ਤੇਰੀ ਨਹੀਂ ਆ ਬੇੜੇ ਕਰ ਕਹਿੰਦੀ ਆ ਬਾਦੀ ਕਸੇ ਨਾਲ ਸੱਚੀ ਗੱਲ ਦੱਸੋ ਨਹੀਂ ਹੋਏ ਨਾ ਆ ਕੱਲ ਕਪੜੇ ਵਾਲੀ ਮਾਰਕੀਟ ਗਈ ਉੱਥੇ ਪੂਰਾ ਥਾਲ ਲਪੇਟਿਆ ਬੱਟਾ ਹੀ ਦਿੱਤਾ ਤੁਰ ਪਈ ਬੰਦਾ ਕਹਿੰਦਾ ਬੀਬੀ ਗੱਲ ਸੁਣਾਉਂਦੀ ਨਹੀਂ ਨਹੀਂ ਮੇਰੀ ਤਬੀਅਤ ਖਰਾਬ ਆ ਉਹ ਬੰਦਾ ਫੈਸਲਾਬਾਦ ਦਾ ਉੱਤੋਂ ਛੇ ਕਹਿੰਦਾ ਸਾਲੀਏ ਤੇਰੀ ਮੀਟਰ 2 ਮੀਟਰ ਨਾਲ ਠੀਕ ਨਹੀਂ ਹੁੰਦੀ ਸਹੀ ਹੈ ਫਿਲਮਾਂ 'ਚ ਤੇ ਅੱਜ ਕੱਲ੍ਹ ਘੋੜੇ ਵੀ ਆਉਂਦੇ ਆ ਉਹਨਾਂ ਦੇ ਨਾਲ ਸ਼ਾਮਲ ਹੋ ਜਾਵਾਂਗੇ ਵਿਆਹ ਵਾਲੀ ਕਾਰ 'ਚ ਬੈਠੀ ਅੱਛਾ ਤੇ ਇੰਜ ਥੱਕੇ ਤੇ ਡਰਾਈਵਰ ਨੂੰ ਕਹਿੰਦੀ ਵੇਖ ਮੇਰਾ ਥੱਕ ਮੇਰੇ ਨਾਲ ਨਾਲ ਜਾਣਦੇ ਆ ਉਹ ਕਹਿੰਦਾ ਸਾਲੀਏ ਸ਼ੀਸ਼ਾ ਥੱਲੇ ਕਰਕੇ ਸੁੱਟ ਤੈਨੂੰ ਪਤਾ ਲੱਗੇ ਸ਼ੀਸ਼ੇ ਤੋਂ ਥੱਕੇ ਕਹਿੰਦੀ ਨਾਲ ਜਾਣਦੇ
ਸੁਣਦਾ ਕਰਨ ਆਇਆ ਧੌਣ ਲਾਉਣ ਲੱਗਾ ਸੀ।